ਲਾਕਡਾਊਨ ਤੋਂ ਲੈ ਕੇ ਮੋਗਾ ਸ਼ਹਿਰ ਦੀ ਮੰਨੀ ਪ੍ਰਮੰਨੀ ਵਿੱਦਿਅਕ ਸੰਸਥਾ ਡੀਐਨ ਮਾਡਲ ਸਕੂਲ ਹੁਣ ਵਿਵਾਦਾਂ ਦੇ ਘੇਰੇ ਵਿੱਚ ਰਹਿੰਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਅਤੇ ਡੀਐਨ ਮਾਡਲ ਸਕੂਲ ਦੇ ਪ੍ਰਬੰਧਕਾਂ ਵਿੱਚ ਉਦੋਂ ਤਣਾਤਣੀ ਹੋ ਗਈ ਜਦੋਂ ਮਾਪੇ ਸਕੂਲ 'ਚ ਆਪਣੇ ਬੱਚਿਆਂ ਦੇ ਰਿਜ਼ਲਟ ਲੈਣ ਗਏ ਤਾਂ ਪ੍ਰਿੰਸੀਪਲ ਵੱਲੋਂ ਸਖ਼ਤ ਲਹਿਜੇ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਛਿੱਕੇ ਟੰਗਦਿਆਂ ਕਿਹਾ ਕਿ ਫੀਸਾਂ ਭਰੋ ਅਤੇ ਰਿਜ਼ਲਟ ਲੈ ਜਾਓ, ਇਹੀ ਸਾਡੀ ਮੈਨੇਜਮੈਂਟ ਦਾ ਫੈਸਲਾ ਹੈ। ਮਾਪਿਆਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਪ੍ਰਿੰਸੀਪਲ ਦੇ ਆਦੇਸ਼ ਸਕੂਲ ਤੋਂ ਬਾਹਰ ਜਾਣ ਵਾਲੇ ਮੁੱਖ ਗੇਟਾਂ ਨੂੰ ਤਾਲੇ ਲਾ ਕੇ ਪੁਲਿਸ ਸੱਦ ਲਈ। ਮਾਪਿਆਂ 'ਤੇ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਦਿੱਤੀ ਗਈ। ਇਸ ਮੌਕੇ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਅਜਿਹੇ ਸਕੂਲ ਤੋਂ ਜੋ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਵੀ ਨਹੀਂ ਮੰਨਦੇ, ਸਰਕਾਰ ਉਹਨਾਂ ਦੀ ਮਾਨਤਾ ਰੱਦ ਕਰੇ ਤਾਂ ਜੋ ਨਿੱਜੀ ਸਕੂਲਾਂ ਵੱਲੋਂ ਮਾਪਿਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ। ਅਸੀਂ ਰਿਜ਼ਲਟ ਲੈਣਾ ਸੀ, ਮੈਂ ਆਪਣੀ ਭਤੀਜੀ ਦਾ ਰਿਜ਼ਲਟ ਲੈਣਾ ਸੀ, ਮੇਰਾ ਬ੍ਰਦਰ ਬਿਮਾਰ ਹੈ ਪਿਛਲੇ ਦਿਨਾਂ ਤੋਂ। ਅਸੀਂ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ ਵੀ ਸੁਪਰੀਮ ਕੋਰਟ ਦਾ ਆਰਡਰ ਹੈ ਜਿਹਦੇ ਮੁਤਾਬਕ ਕੋਈ ਸਕੂਲ ਕਿਸੇ ਵੀ ਬੱਚੇ ਨੂੰ, ਚਾਹੇ ਉਹਨੇ ਫੀਸ ਦਿੱਤੀ ਆ ਚਾਹੇ ਨਹੀਂ ਦਿੱਤੀ, ਉਹਨੂੰ ਸਕੂਲ ਦੇ ਵਿੱਚੋਂ ਨਾ ਬਾਹਰ ਕੱਢ ਸਕਦਾ ਨਾ ਉਹਦਾ ਰਿਜ਼ਲਟ ਰੋਕ ਸਕਦਾ। ਪ੍ਰਿੰਸੀਪਲ ਮੈਡਮ ਨੇ ਸਾਨੂੰ ਕਿਹਾ ਕਿ ਅਸੀਂ ਕਿਸੇ ਵੀ ਸੁਪਰੀਮ ਕੋਰਟ ਦੇ ਆਰਡਰ ਨੂੰ ਨਹੀਂ ਮੰਨਦੇ, ਸਾਡੀ ਮੈਨੇਜਮੈਂਟ ਨੇ ਫੈਸਲਾ ਕੀਤਾ ਫੀਸਾਂ ਦਿਓ ਅਤੇ ਰਿਜ਼ਲਟ ਲਓ। ਹੁਣ ਜੀ ਮੈਂ ਅਤੇ ਮੇਰੇ ਬ੍ਰਦਰ ਦੀ ਵਾਈਫ ਅਸੀਂ ਮੈਡਮ ਦੇ ਰਿਜ਼ਲਟ ਲੈਣ ਗਏ, ਇਹਨਾਂ ਨੂੰ ਪਹਿਲਾਂ ਤਾਂ ਜੀ ਫਿੰਗਰ ਕਰਕੇ ਐਂ ਕਰਕੇ ਬਹੁਤ ਸ਼ਾਊਟ ਕੀਤਾ ਮੈਡਮ ਨੇ, ਫਿਰ ਧੱਕਾ ਮਾਰਿਆ ਇਹਨਾਂ ਨੂੰ। ਅਸੀਂ ਕੁਛ ਨਹੀਂ ਕੀਤਾ, ਅੱਛਾ ਜੀ ਇਹਨਾਂ ਦੀਆਂ ਸਾਰੀਆਂ ਟੀਚਰਸ ਇਕੱਠੇ ਹੋ ਗਏ ਜੀ, ਚਲੋ ਤੁਸੀਂ ਸਕੂਲ ਦੇ ਵਿੱਚੋਂ ਬਾਹਰ ਨਿਕਲ ਜਾਓ, ਸਾਡਾ ਸਕੂਲ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਅਸੀਂ ਪੁਲਿਸ ਬੁਲਾਉਂਦੇ ਹਾਂ ਅਤੇ ਗੇਟ ਨੂੰ ਇਹਨਾਂ ਨੇ ਲੋਕ ਲਵਾ ਦਿੱਤੇ। ਆਰਡਰ ਉਹਨਾਂ ਨੇ ਪੜ੍ਹਿਆ ਵੀ ਹੈ ਅਤੇ ਇਹ ਪੜ੍ਹ ਕੇ ਉਹਨਾਂ ਦੇ ਜਿਹੜੇ ਸ਼ਬਦ ਸੀਗੇ ਉਹ ਬੜੇ ਹੈਰਾਨੀਜਨਕ ਵਾਲੇ ਆ। ਉਹ ਕਹਿੰਦੇ ਅਸੀਂ ਸੁਪਰੀਮ ਕੋਰਟ ਦੇ ਆਰਡਰਾਂ ਨੂੰ ਕੁਛ ਨਹੀਂ ਮੰਨਦੇ, ਸਾਡੀ ਜੋ ਮੈਨੇਜਮੈਂਟ ਡਿਸੀਜ਼ਨ ਲੈਂਦੀ ਹੈ ਅਸੀਂ ਉਹਨੂੰ ਹੀ ਫੋਲੋ ਕਰਾਂਗੇ, ਉਹਨੂੰ ਹੀ ਅਸੀਂ ਓਬੇ ਕਰਾਂਗੇ। ਤੁਸੀਂ ਫੀਸ ਦਿਓਗੇ ਤਾਂ ਰਿਜ਼ਲਟ ਮਿਲ ਜੂਗਾ, ਨਹੀਂ ਤਾਂ ਤੁਹਾਡੇ ਆਪਦੇ ਬੱਚੇ ਇੱਥੋਂ ਲੈ ਜਾਓ ਤੁਸੀਂ। ਅਸੀਂ ਪੇਰੈਂਟ ਐਸੋਸੀਏਸ਼ਨ ਮੋਗਾ ਦੇ ਸਾਰੇ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਹੈ, ਦੇਖੋ ਜੋ ਅੱਜ ਇਹ ਸਕੂਲ ਦੇ ਵਿੱਚ ਹੋਇਆ, ਬਹੁਤ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ, ਸਾਰੇ ਪੇਰੈਂਟਸ ਨੂੰ ਮੋਗੇ ਦੇ ਵਾਸੀਆਂ ਨੂੰ ਮੈਂ ਇਹ ਬੇਨਤੀ ਕਰਦਾ, ਇੱਕਜੁੱਟ ਹੋ ਜਾਓ, ਪ੍ਰਾਈਵੇਟ ਸਕੂਲ ਜਿਹੜਾ ਧੱਕਾ ਕਰਦੇ ਆ ਉਹਨਾਂ ਦਾ ਵਿਰੋਧ ਕਰੋ, ਨਹੀਂ ਤਾਂ ਇਹਨਾਂ ਨੇ ਤੁਹਾਡੇ ਤਨ 'ਤੇ ਕੱਪੜੇ ਵੀ ਨਹੀਂ ਰਹਿਣ ਦੇਣੇ। ਮੈਂ ਵਾਰ ਵਾਰ ਹਰ ਵੀਡੀਓ ਦੇ ਵਿੱਚ ਮੈਂ ਬੇਨਤੀ ਕਰਦਾ ਸਾਰੇ ਮਾਪਿਆਂ ਨੂੰ, ਸਾਰੇ ਮੀਡੀਆ ਦੇ ਭਰਾਵਾਂ ਨੂੰ, ਤੁਹਾਡੇ ਵੀ ਬੱਚੇ ਆ, ਇਹ ਜਿਹੜੀ ਵੀਡੀਓ ਹੈ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਵੀ ਬੱਚੇ ਦੇ ਨਾਲ ਕੋਈ ਵੀ ਪ੍ਰਾਈਵੇਟ ਸਕੂਲ ਧੱਕਾ ਨਾ ਕਰ ਸਕੇ, ਕੋਈ ਮੈਨੇਜਮੈਂਟ ਚਾਹੇ ਕੋਈ ਉਹ ਕਿੱਡਾ ਕੁ ਵੱਡਾ ਕਿਉਂ ਨਾ ਗੁੰਡਾ ਹੋਵੇ, ਉਹ ਕਿਸੇ ਵੀ ਮਾਪਿਆਂ ਦੇ ਅਧਿਕਾਰ ਨੂੰ, ਉਹਨਾਂ ਦੇ ਹੱਕਾਂ ਨੂੰ ਦਬਾ ਨਾ ਸਕੇ। ਸਰ ਅੱਜ ਮੇਰਾ ਕਿਨਰ ਬੇਟੀ ਦਾ ਰਿਜ਼ਲਟ ਸੀਗਾ ਮੌਂਟ ਫਨ ਦਾ, ਅਤੇ ਮੈਂ ਉਹ ਰਿਜ਼ਲਟ ਲੈਣ ਆਈ ਸੀ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਕਿਨਰ ਦਿੰਦੇ 52 ਰੂਮ ਨੰਬਰ 'ਚ ਚਲੇ ਜਾਓ ਅਤੇ ਰਿਜ਼ਲਟ, ਮੋਨਿਕਾ ਮੈਮ ਵਾਈਸ ਪ੍ਰਿੰਸੀਪਲ ਮੈਮ ਨਾਲ ਗੱਲ ਹੋਈ ਸੀ ਅਤੇ ਉਹਨਾਂ ਨੇ ਕਿਹਾ ਕਿ ਜਾ ਕੇ ਰਿਜ਼ਲਟ ਲੈ ਲਓ। ਰਿਸੈਪਸ਼ਨ 'ਤੇ ਉਹਨਾਂ ਦਾ ਫੋਨ ਆਇਆ ਸੀ ਮੈਮ ਦਾ ਅਤੇ ਉਹਨਾਂ ਨੇ ਕਿਹਾ ਕਿ ਰਿਜ਼ਲਟ ਜਾ ਕੇ ਤੁਸੀਂ ਲੈ ਸਕਦੇ ਹੋ। ਅਸੀਂ ਜਾ ਕੇ ਉਹਨਾਂ ਨੂੰ ਕਿਹਾ ਕਿ ਰੂਮ ਨੰਬਰ 52 ਦੇ ਵਿੱਚ ਸਾਨੂੰ ਰਿਜ਼ਲਟ ਦਿੱਤਾ ਜਾਵੇ, ਪ੍ਰਿੰਸੀਪਲ ਮੈਮ ਦਾ ਆਰਡਰ ਆ ਗਿਆ, ਤੁਸੀਂ ਰਿਜ਼ਲਟ ਲੈ ਸਕਦੇ ਹੋ। ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ, ਅਸੀਂ ਰਿਜ਼ਲਟ ਨਹੀਂ ਦੇ ਸਕਦੇ, ਇਹ ਅਸੀਂ ਕੋਈ ਰੋਲ ਨਹੀਂ ਮੰਨਦੇ ਹੈਗਾ ਕੋਰਟ ਦਾ, ਕੀ ਆਰਡਰ ਹੈ ਕੀ ਨਹੀਂ ਹੈ, ਅਸੀਂ ਰਿਜ਼ਲਟ ਨਹੀਂ ਲੈਣਾ ਹੈਗਾ। ਉਸ ਤੋਂ ਬਾਅਦ ਮੈਮ ਜਿਹੜੇ ਉੱਥੇ ਬੈਠੇ ਹੋਏ ਸੀਗੇ ਉਹਨਾਂ ਨੇ ਮੇਰੇ ਨਾਲ ਬਿਸਬਿਹੇਵੀਅਰ ਕੀਤਾ, ਉਹਨਾਂ ਨੇ ਮੈਨੂੰ ਕੁਛ ਵੀ ਕੀਤਾ ਅਤੇ ਮੈਨੂੰ ਫਿੰਗਰ ਨਾਲ ਗੱਲ ਕਰਕੇ ਦਿਖਾਈ, ਇੱਦਾਂ ਕਰਕੇ ਉਹਨਾਂ ਨੇ ਮੇਰੇ ਨਾਲ ਫਿੰਗਰ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਛ ਵੀ ਕੀਤਾ, ਉਸ ਤੋਂ ਬਾਅਦ ਸਾਡੀ ਬੈਠਕ ਸਹੀ। ਅਸੀਂ ਮੈਨੇਜਮੈਂਟ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੇ, ਜੋ ਇਹਨਾਂ ਨੇ ਐਕਸ਼ਨ ਲੈਣਾ ਸਾਡੇ ਤੇ ਲੈ ਲਓ, ਅਸੀਂ ਜੋ ਐਕਸ਼ਨ ਲੈਣਾ ਅਸੀਂ ਆਪਦਾ ਐਕਸ਼ਨ ਦਵਾਂਗੇ, ਸਾਰੇ ਆਪਦੀਆਂ ਅਸੀਂ ਗ੍ਰਿਫਤਾਰੀਆਂ ਦਵਾਂਗੇ, ਜੇ ਸਾਡੇ ਤੇ ਪਰਚਾ ਕਰਾਉਂਦੇ ਅਸੀਂ ਕ੍ਰੋਸ ਪਰਚੇ ਦਵਾਂਗੇ, ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਜੇ, ਅਸੀਂ ਕੋਈ ਨਜਾਇਜ਼ ਨਹੀਂ ਕਰਦੇ, ਆਪਦਾ ਹੱਕ ਲੈਣ ਆਇਆ, ਹੱਕ ਦੀ ਗੱਲ ਕਰਨ ਆਇਆ। ਇਹ ਹਰ ਵਾਰੀ ਸਾਨੂੰ ਕਦੀ ਹਾਈ ਕੋਰਟ ਦੇ ਆਰਡਰ ਨੂੰ ਨਿਗਲੈਕਟ ਕਰਦੇ, ਕਦੇ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਨੂੰ ਨਿਗਲੈਕਟ ਕਰਦੇ ਆ। ਸੁਪਰੀਮ ਕੋਰਟ ਨੇ ਸਾਫ਼ ਸਾਫ਼ ਆਪਦੇ ਸ਼ਬਦਾਂ ਵਿੱਚ ਇੱਥੇ ਆਪਦੇ ਰਿਟਨ ਆਰਡਰ ਲਿਖੇ ਆ ਵੀ ਅਗਸਤ 5 ਤੱਕ ਤੁਸੀਂ ਆਪਣੀ ਫੀਸ ਜਮ੍ਹਾਂ ਕਰਾ ਸਕਦੇ ਹੋ, 6 ਮਹੀਨੇ ਦਾ ਟਾਈਮ ਉਹਨਾਂ ਨੇ ਦਿੱਤਾ, ਉਸ ਦੇ ਬਾਵਜੂਦ ਵੀ ਇਹ ਸੁਪਰੀਮ ਕੋਰਟ ਦੇ ਆਰਡਰ ਨੂੰ ਨਿਗਲੈਕਟ ਕਰ ਰਹੇ ਆ।